ਜਿੱਦੇ 29 ਮਈ ਨੂੰ ਕਾਲਾ ਦਿਨ ਚੜਿਆ ਉਹਦੇ ਮੇਰਾ ਸਭ ਕੁਝ ਐ ਲੱਗਦਾ ਸੀ ਵੀ ਖਤਮ ਹੋ ਗਿਆ ਪਰ ਸੋਡੇ ਉਤਸ਼ਾਹ ਨੇ ਮੇਰੀਆਂ ਮਾਵਾਂ ਮੇਰੀਆਂ ਭੈਣਾਂ ਮੇਰੇ ਬੱਚੇ ਬਜ਼ੁਰਗ ਜਿਨ੍ਹਾਂ ਨੇ ਵੀ ਸਾਡਾ ਦੁੱਖ ਵਿੱਚ ਸਾਥ ਦਿੱਤਾ ਮੈਨੂੰ ਫਿਰ ਤੋਂ ਐ ਲੱਗਣ ਲੱਗਾ ਵੀ ਮੇਰਾ ਸ਼ੁਭ ਗਿਆ ਨਹੀਂ ਮੇਰੇ ਆਸ-ਪਾਸ ਹੈ ਮੈਨੂੰ ਬਹੁਤ ਹੌਸਲਾ ਮਿਲਿਆ ਕਿਰਪਾ ਕਰਕੇ ਸਾਡੇ ਹੌਸਲੇ ਨੂੰ ਇਦਾਂ ਹੀ ਬਣਾਈ ਰੱਖਿਓ ਜੋ ਵੀ ਸ਼ੁਭ ਬੋਲਦੇ ਸੀ ਪੱਗ ਨੂੰ ਆਪਣੇ ਮਾਤਾ ਪਿਤਾ ਦੇ ਸਤਿਕਾਰ ਨੂੰ ਉਸੇ ਤਰ੍ਹਾਂ ਜੇ ਮੇਰੇ ਮੈਨੂੰ ਮੇਰੀ ਮਾਂ ਸਮਝਦੇ ਹੋ ਮੈਂ ਤੁਹਾਨੂੰ ਆਪਦੇ ਬੱਚੇ ਸਮਝੂੰਗੀ ਉਸੇ ਤਰ੍ਹਾਂ ਉਸਦੇ ਜੋ ਬੋਲ ਨੇ ਉਹਨਾਂ ਨੂੰ ਕਾਇਮ ਰੱਖਿਓ ਅੱਜ ਪ੍ਰਦੂਸ਼ਣ ਬਹੁਤ ਵੱਧ ਚੁੱਕਿਆ ਮੈਂ ਹਰੇਕ ਬੱਚੇ ਨੂੰ ਹਰੇਕ ਮੇਰੇ ਬਜ਼ੁਰਗ ਨੂੰ ਮੈਂ ਬੇਨਤੀ ਕਰਨਾ ਚਾਹੁੰਦੀ ਹਾਂ ਵੀ ਉਸਦੇ ਨਾਮ ਦਾ ਇੱਕ ਇੱਕ ਰੁੱਖ ਲਾ ਕੇ ਉਹਨੂੰ ਛੱਡਣਾ ਨਹੀਂ ਉਹਨੂੰ ਪਾਲਣਾ ਹੈ ਉਸਨੂੰ ਬੋੜ ਦੀ ਤਰ੍ਹਾਂ ਵਧਾਉਣਾ ਹੈ ਤਾਂ ਜੋ ਮੈਨੂੰ ਕੁਛ ਨਾ ਕੁਛ ਸ਼ਾਂਤੀ ਮਿਲ ਸਕੇ ਇੰਨੀਆਂ ਗੱਲਾਂ ਕਰਦੀ ਹੋਈ ਮੈਂ ਖਿਮਾ ਦੀ ਜਾਚਕਾਂ ਇੱਥੇ ਪਹੁੰਚਣ ਦੇ ਸਭ ਦਾ ਧੰਨਵਾਦ ਕਰਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਫ਼ ਕਰਨਾ ਇੱਕ ਦੋ ਬੇਨਤੀਆਂ ਹੋਰ ਨੇ ਬੇਟੇ ਦਾ ਸੋਸ਼ਲ ਮੀਡੀਆ ਦੇ ਉੱਤੇ ਇੰਸਟਾਗ੍ਰਾਮ ਦੇ ਜਿਹੜੇ ਪੇਜ ਬਣਿਆ ਹੋਇਆ ਕਈ ਮੇਰੇ ਭਰਾ ਇਸ ਗੱਲ ਤੋਂ ਵੀ ਗੁਰੇਜ਼ ਨਹੀਂ ਕਰ ਰਹੇ ਕਿ ਉਹਦੇ ਫੇਕ ਪੇਜ ਬਣਾ ਕੇ ਕੋਈ ਮੱਥਾ ਟੇਕਣ ਲਈ ਪੈਸੇ ਪਵਾ ਰਿਹਾ ਕੋਈ ਕੁਛ ਕਰ ਰਿਹਾ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਤੁਹਾਡੇ ਚਰਨਾਂ 'ਚ ਤੁਸੀਂ ਕੋਈ ਵੀ ਸਿੱਧੂ ਮੂਸੇਵਾਲੇ ਨਾਲ ਜੁੜੀ ਕੋਈ ਜਾਣਕਾਰੀ ਹੈ ਕੋਈ ਪ੍ਰੋਗਰਾਮ ਹੈ ਉਹਦੇ ਜਸਟਿਸ ਸੰਬੰਧੀ ਮੈਂ ਖੁਦ ਅਨਾਊਂਸ ਕਰੂੰਗਾ ਆਪਾਂ ਵੇਖਦੇ ਹਾਂ ਆਪਾਂ ਸਰਕਾਰ ਨੂੰ ਟਾਈਮ ਦਿੱਤਾ ਜੇ ਆਪਾਂ ਨੂੰ ਕੋਈ ਅਗਲਾ ਸੰਘਰਸ਼ ਲੀਕੂੰਗਾ ਮੈਂ ਕੋਟੇ ਜਦ ਤੱਕ ਆਪਾਂ ਨੂੰ ਇਨਸਾਫ ਨਹੀਂ ਮਿਲਦਾ ਟੇਕੇ ਨਹੀਂ ਬੈਠਾਂਗੇ ਮੇਰਾ ਤੁਹਾਡੇ ਨਾਲ ਵਾਅਦਾ ਹੈ ਪਰ ਮੈਂ ਇਹ ਵੀ ਨਹੀਂ ਕਰਨਾ ਚਾਹੁੰਦਾ ਵੀ ਮੈਂ ਕਿਸੇ ਨੂੰ ਸਮਾਂ ਵੀ ਨਾ ਦੇਵਾਂ ਸਰਕਾਰ ਨੂੰ ਸਮਾਂ ਲੱਗਦਾ ਹੈ ਟਾਈਮ ਮੈਂ ਤੁਹਾਨੂੰ ਇੰਸਟਾਗ੍ਰਾਮ ਦੇ ਉੱਤੇ ਜੋ ਵੀ ਸੰਘਰਸ਼ ਦੀ ਅਗਲੀ ਰੂਪਰੇਖਾ ਤੁਹਾਨੂੰ ਅਸੀਂ ਦੱਸਾਂਗੇ ਹੋਰ ਜਿਹੜੀਆਂ ਫੇਕ ਸੂਚਨਾਵਾਂ ਨੇ ਕੋਈ ਕੁਛ ਪੇਜ ਬਣਾਈ ਬੈਠਾ ਕੋਈ ਸਟੋਰੀਆਂ ਪਾਈ ਜਾਂਦਾ ਬਹੁਤ ਕੁਛ ਹੋਊਗਾ ਉਹਦੇ ਇੰਸਟਾਗ੍ਰਾਮ 'ਤੇ ਸਿੱਧੂ ਦੇ ਨਾਮ 'ਤੇ ਤਾਂ ਤੁਸੀਂ ਕੋਈ ਵੀ ਗੱਲ ਦਾ ਸੱਚ ਨਹੀਂ ਮੰਨਣਾ ਕਿਸੇ ਵੀ ਗਤੀਵਿਧੀ ਨੂੰ ਸੱਚਾ ਨਹੀਂ ਮੰਨ ਲੈਣਾ ਜਦ ਤੱਕ ਤੁਹਾਨੂੰ ਮੈਂ ਦੱਸੂੰਗਾ ਮੈਂ ਖੁਦ ਲਾਈਵ ਹੋ ਕੇ ਵੀਡੀਓ ਪਾ ਕੇ ਤੁਹਾਨੂੰ ਉਸਦੀ ਮੁਕੰਮਲ ਜਾਣਕਾਰੀ ਦੇਵਾਂਗਾ ਧੰਨਵਾਦ